PPPD. ਸਾਡੀ ਜ਼ਮੀਰ ਦਾ ਮੁੱਲ ਚੁਕਾਓ, ਸਾਡੀ ਆਤਮਾ
ਓਏ ਕੀ ਹਰਕਤ ਕਰ ਰਹੇ ਹੋ? ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਆ ਇਹਨਾਂ ਦੇ ਮਗਰ ਨਾ ਲੱਗੋ। ਸਮਾਂ ਕਿਉਂ ਲਾ ਰਹੇ ਹੋ? ਜਲਦੀ ਚੁਕਾਓ ਜ਼ਮੀਰ ਦਾ ਮੁੱਲ। ਓਏ ਸਾਡੀ ਆਤਮਾ ਨੂੰ ਸ਼ਕਤੀ ਬਣਾਓ ਆਪਣਾ। ਤਾਂ ਠੀਕ ਹੈ ਵੀਰੇ, ਇੱਕ ਹੱਥ ਦਿਓ ਤੇ ਦੂਜੇ ਹੱਥ ਲਓ। ਸਾਡੇ ਮਾਲਕ ਨੇ ਤਾਂ ਕਿਹਾ ਸਿਰਫ ਆਤਮਾ ਖਰੀਦੋ, ਸਿਰਫ ਜ਼ਮੀਰ ਖਰੀਦੋ। ਠੀਕ ਹੈ ਫਿਰ, ਜਦੋਂ ਆਤਮਾ ਖਰੀਦੀ ਗਈ ਤਾਂ ਇੱਜ਼ਤ ਵੀ ਖਰੀਦੀ ਗਈ। ਚਲੋ ਫਿਰ ਆਪਣਾ ਕੰਮ ਸ਼ੁਰੂ ਕਰੀਏ। ਉਹ ਇਹਨਾਂ ਦੋਹਾਂ ਨੂੰ ਆਪਣੇ ਚਮਚੇ ਬਣਾਈਏ। ਓਏ ਇੱਧਰ ਆਓ, ਲੋਕਾਂ ਨੂੰ ਸਮਝਾਓ, ਉਹਨਾਂ ਦੇ ਕੰਨੀ ਪਾਓ। ਆਤਮਾ ਦੇ ਵਣਜਾਰੇ ਐ, ਜ਼ਮੀਰਾਂ ਦੇ ਸੌਦਾਗਰੇ ਐ, ਆਤਮਾ ਵਿੱਚੋਂ ਰੋਟੀ ਖਾਓ, ਜ਼ਮੀਰ ਵਿੱਚੋਂ ਭੁੱਖ ਮਿਟਾਓ। ਆਤਮਾ ਦੇ ਵਣਜਾਰੇ ਆਏ, ਜ਼ਮੀਰਾਂ ਦੇ ਸੌਦਾਗਰੇ ਆਏ, ਆਤਮਾ ਦੇ ਵਣਜਾਰੇ ਆਏ, ਜ਼ਮੀਰਾਂ ਦੇ ਸੌਦਾਗਰੇ ਆਏ, ਆਤਮਾ ਦੇ ਵਣਜਾਰੇ ਆਏ, ਜ਼ਮੀਰਾਂ ਦੇ ਸੌਦਾਗਰੇ ਆਏ, ਆਤਮਾ ਵਿੱਚੋਂ ਰੋਟੀ ਖਾਓ, ਭੁੱਖ ਮਿਟਾਓ। ਆਤਮਾ ਦੇ ਵਣਜਾਰੇ ਆਏ, ਇਹਦੀ ਮੱਤ ਖੁਦ ਪਿੱਛੇ, ਓਏ ਇਸਦੀ ਅਕਲ ਖੁਦ ਪਿੱਛੇ। ਢੋਲ ਵਜਾਈਏ, ਵਜਾਈਏ।
ਸੌਦਾਰੀ ਨੇ ਸੌਦਾ ਤਾਂ ਹੁੰਦਾ ਕਣਕ ਦਾ ਉਹ ਬਣਤਾ ਹੁੰਦਾ ਏ ਡੰਗਰ ਦਾ ਉਹ ਸੌਦਾ ਤਾਂ ਹੁੰਦਾ ਕੱਪੜੇ ਦਾ ਉਹ ਬਣਤਾ ਹੁੰਦਾ ਏ ਖੇਤੀ ਦਾ ਓਏ ਆਤਮਾ ਦਾ ਸੌਦਾ ਕਰਦੇ ਓਏ ਜ਼ਮੀਰਾਂ ਦਾ ਬਣਤ ਕਰਦੇ ਓਏ ਅੱਗੇ ਤਾਂ ਇਹੋ ਜਿਹੀ ਗੱਲ ਕਦੇ ਨਹੀਂ ਸੁਣੀ ਉਹ ਕਿਸੇ ਨੇ ਮੂੰਹੋਂ ਨਾ ਕਹੀ ਉਹ ਪਰ ਇਹ ਆਤਮਾ ਹੈ ਕਿੱਥੇ ਮੈਂ ਦੱਸਦਾ ਓਏ ਮੈਂ ਚਾਨਣ ਪਾਉਣਾ ਚੀਜ਼ ਲੋਕਾਂ ਦੀ ਚਾਨਣ ਇਹ ਪਾਉਂਦੇ ਨੇ ਓਏ ਇਹ ਹੱਸਦੀ ਏ ਓਏ ਧੰਦ ਕਰਦੀ ਏ ਓਏ ਇਹਦੀਆਂ ਗੱਲਾਂ ਨਾ ਸੁਣੋ ਕੋਈ ਬਾਤ ਧਿਆਨ ਨਾ ਦੇਵੋ ਜੋ ਔਰਤ ਦੀ ਗੱਲ ਸੁਣੇ ਉਹ ਰੰਨ ਮੁਰੀਦ ਚੰਨ ਗੁਲਾਮ ਆਤਮਾ ਨਾ ਦਿੱਤੀ ਕਿ ਸਰੀਰ ਵਿੱਚ ਵੱਸਦੀ ਏ ਲੱਖਾਂ ਦੀ ਚੀਜ਼ ਕੋਟੀਆਂ ਮੰਗਦੇ ਲੱਖਾਂ ਦੀ ਚੀਜ਼ ਹਾਂ ਪਰ ਕਿਵੇਂ ਆਤਮਾ ਮਨੁੱਖ ਨੂੰ ਪਿਆਰ ਕਰਨਾ ਸਿਖਾਵੇ ਪਿਆਰ ਮਨੁੱਖ ਨੂੰ ਤਰਸ ਕਰਨਾ ਸਿਖਾਵੇ ਤਰਸ ਮਨੁੱਖ ਨੂੰ ਬੁਰੇ ਭਲੇ ਦੀ ਪਛਾਣ ਕਰਾਵੇ ਬੁਰਾ ਭਲਾ ਮਨੁੱਖ ਨੂੰ ਮਨੁੱਖ ਬਣਾਵੇ ਮਨੁੱਖ ਨੂੰ ਮਨੁੱਖ ਬਣਾਵੇ ਮਨੁੱਖ ਨੂੰ ਭੁੱਖ ਦਿਖਾਵੇ ਆਤਮਾ ਇੱਕ ਭੂਕ ਹੈ ਮਨੁੱਖ ਨੂੰ ਹਵਾ ਵਿੱਚ ਉਡਾਵੇ ਜ਼ਮੀਨ ਤੇ ਪਟਕਾਵੇ ਅਸੀਂ ਭੁੱਖੇ ਆ ਕਿ ਆਤਮਾ ਰੋਟੀ ਦੇ ਸਕਦੀ ਹੈ ਕਿ ਜ਼ਮੀਨ ਸਾਡੀ ਭੁੱਖ ਮਿਟਾ ਸਕਦੀ ਹੈ ਓਏ ਇਸ ਸਵਾਲ ਦਾ ਤਾਂ ਕੋਈ ਜਵਾਬ ਨਹੀਂ ਓਏ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਕੀ ਮਨੁੱਖ ਸਿਰਫ ਰੋਟੀ ਹੀ ਪੈਦਾ ਹੋਇਆ ਪੇਟ ਨਾ ਪਈਆਂ ਰੋਟੀਆਂ ਸੱਤੇ ਗੱਲਾਂ ਖੋਟੀਆਂ ਆਤਮਾ ਦੇ ਵਣਜਾਰੇ ਰੋਗੀਆਂ ਨੂੰ ਅਰੋਗ ਹਾਂ ਕਰਦੀ
ਆਤਮਾ ਵੱਡੀ ਸਾਰੀ ਉਹ ਜ਼ਮੀਰ ਦਾ ਮੁੱਲ ਵੱਡਾ ਸਾਰਾ ਓਏ ਤਾਂ ਕੁਣ ਖਾਦੀ ਓਏ ਤਾਂ ਕੀੜੇ ਮਾਰੀ ਕੁਣ ਖਾਦੀ ਆਤਮਾ ਦਾ ਮੁੱਲ ਇੱਕ ਕੋਟੀ ਓਏ ਕੀੜੇ ਮਾਰੀ ਜ਼ਮੀਰ ਦਾ ਮੁੱਲ ਢੂਡ ਕੋਟੀ ਕਰੀਮ ਤੇਰੇ ਦਾਤੇ ਮਰਿਆ ਨਾ ਤੂੰ ਉਸਦਾ ਰੋਗ ਪਛਾਤਾ ਮਾਵਾਂ ਦੇ ਤੂੰ ਟੈਸਟ ਕਰਾਏ ਬੱਚੀਆਂ ਦੇ ਭਰੂਣ ਗਰਭ ਚ ਮਿਟਾਏ ਆਤਮਾ ਦੇ ਬਣ ਜਾ ਰਹੇ ਆਏ ਆਤਮਾ ਦੇ ਬਣ ਜਾ ਰਹੇ ਆਏ
ਉਸਤਾਦ ਜੀ, ਇਹ ਧਰਤੀ ਦਾ ਕਿਹੜਾ ਟੋਟਾ ਜਿੱਥੇ ਆਤਮਾ ਦੀ ਮੰਡੀ ਦੀ ਹਾਲਤ ਇਤਨੀ ਮੰਦੀ? ਨਾ ਤਾਂ ਇਹਦਾ ਮੈਨੂੰ ਹੀ ਨਹੀਂ ਪਤਾ, ਪਰ ਤੁਸੀਂ ਨਿਸ਼ਾਨੀਆਂ ਲਗਾ ਲਓ, ਉਸਤਾਦ ਜੀ ਕੋਲੋਂ ਪੁੱਛ ਲਾਂਗੇ। ਉਹ ਉੱਤਰ ਵਿੱਚ ਵੱਡਾ ਪਹਾੜ ਏ ਤੇ ਉਹ ਦੱਖਣ ਵਿੱਚ ਸਾਗਰ ਏ। ਗੁੰਮਦਾ ਵਰਗੇ ਰੱਬ ਦੇ ਇੰਨੇ ਸਾਰੇ ਘਰ ਨੇ। ਓਏ, ਕਿਸੇ ਨੂੰ ਮੰਦਰ ਕਹਿੰਦੇ ਨੇ, ਕਿਸੇ ਨੂੰ ਮਸਜਿਦ ਤੇ ਕਿਸੇ ਨੂੰ ਗੁਰਦੁਆਰਾ ਕਹਿੰਦੇ ਨੇ। ਰੱਬ ਦੇ ਇੰਨੇ ਸਾਰੇ ਘਰ, ਉਹ ਆਤਮਾਵਾਂ ਦੀ ਮੰਡੀ ਫਿਰਦੀ ਐ ਨੀ ਮੰਦੀ? ਦੇਖ ਲੋ, ਕੋਈ ਨਾ, ਕੋਸ਼ਿਸ਼ ਕਰੋ। ਆਤਮਾ ਦੇ ਬਿਚਾਰੇ ਆਏ, ਇਹਨਾਂ ਬੱਚਿਆਂ ਤੇ ਮੈਨੂੰ ਬਹੁਤ ਤਰਸ ਆ ਰਿਹਾ। ਹਾਂ ਯਾਰ, ਇਹਨਾਂ ਬੱਚਿਆਂ ਤੇ ਤਾਂ ਮੈਨੂੰ ਵੀ ਬੜਾ ਰਹਿਮ ਆ ਰਿਹਾ। ਲੋ ਬੱਚਿਓ, ਰੋਟੀ ਖਾ ਲੋ। ਓਏ ਬੱਚਿਓ, ਭੁੱਖ ਮਿਟਾ ਲੋ। ਨਹੀਂ ਨਹੀਂ, ਅਸੀਂ ਦਾਨ ਨਹੀਂ ਲੈਣਾ, ਅਸੀਂ ਭਿੱਖਿਆ ਨਹੀਂ ਲੈਣੀ। ਠੀਕ ਹੈ, ਦਾਨ ਨਹੀਂ ਲੈਣਾ, ਓਏ ਭਿੱਖਿਆ ਨਹੀਂ ਲੈਣੀ। ਤਾਂ ਠੀਕ ਹੈ ਫਿਰ, ਥੋੜੀ ਜਿਹੀ ਆਤਮਾ ਵੇਚ ਦਿਓ। ਓਏ ਥੋੜੀ ਜਿਹੀ ਜ਼ਮੀਰ ਦੇ ਦਿਓ। ਨਿੱਕੀ ਹੈ ਕੀ ਉਹ ਥੋੜੀ ਜਿਹੀ ਆਤਮਾ ਵੇਚ ਦਈਏ ਤੇ ਰੋਟੀ ਲੈ ਲਈਏ। ਆਹੋ, ਭੁੱਖ ਮਿਟਾ ਲਈਏ। ਸੌਦਾਗਰ ਜੀ, ਥੋੜੀ ਜਿਹੀ ਆਤਮਾ ਲੈ ਲਵੋ ਤੇ ਰੋਟੀ ਦੇ ਦੇਵੋ। ਠੀਕ ਹੈ ਫਿਰ, ਇੱਕ ਹੱਥ ਦਿਓ ਤੇ ਦੂਜੇ ਹੱਥ ਲਓ। ਬੜੀ ਭਾਰੀ, ਉਹ ਤਾਂ ਬੜੀ ਭਾਰੀ। ਓਏ ਸਾਲਮ ਸਾਰੀ, ਨਾ ਹੈ ਵਿੰਗੀ, ਨਾ ਹੈ ਟੇਡੀ, ਬਿਲਕੁਲ ਖਾਲਸ ਨੀਰੀ ਸ਼ੁੱਧ, ਨਾ ਹੈ ਖਾਲਮ ਖਾਲੀ। ਓਏ ਨਾ ਹੈ ਜਾਲੋ ਜਾਲੀ, ਨਾ ਹੈ ਕੁਣ ਖਾਦੀ, ਓਏ ਨਾ ਹੈ ਕੀੜੇ ਮਾਰੀ। ਓਏ ਇਹਦਾ ਮੁੱਲ ਤਾਂ ਬਹੁਤ ਵੱਡਾ, ਇਹਦਾ ਮੁੱਲ ਤਾਂ ਵੱਡਾ ਸਾਰਾ। ਰੋਟੀ ਦੇ ਕੇ ਮਗਰੋਂ ਲਾਈਏ, ਓਏ ਟੁੱਕਰ ਦਈਏ ਜਾਨ ਛੁਡਾਈਏ। ਲਓ ਬੱਚਿਓ, ਰੋਟੀ ਲੈ ਲਓ। ਲਓ ਚਲੋ, ਸ਼ਾਬਾਸ਼। ਉਹ ਮਾਂ ਨੇ ਕੁਛ ਕਹਿੰਦੀ, ਲੈ ਲਓ ਲੈ ਲਓ। ਬੱਚਿਆਂ ਮੇਰਿਆਂ ਨੂੰ ਛੱਡ ਦੇਵੋ। ਉਹ ਕਿਹੜੇ ਬੱਚੇ? ਦੇ ਬੱਚੇ, ਭੁੱਖੋ ਜਾਏ ਮੇਰੇ ਬੱਚੇ। ਇਹਦੇ ਬੱਚੇ? ਓਏ ਤੁਸੀਂ ਇਹਦੇ ਬੱਚੇ ਹੋ? ਕਿਉਂ ਬੱਚਿਓ, ਇਹ ਤੁਹਾਡੀ ਮਾਂ ਹੈ। ਕਹੋ ਬੱਚਿਓ, ਕੀ ਕਹਿੰਦੇ ਹੋ? ਹਾਂ ਜਾਂ ਨਾ? ਨਹੀਂ। ਜੇ ਤੂੰ ਆਪਣੀ ਜ਼ਮੀਰ ਦਾ ਸੌਦਾ ਕਰੇ। ਨਹੀਂ ਨਹੀਂ, ਮੈਂ ਨਹੀਂ ਕਰ ਸਕਦੀ। ਜਾ, ਫਿਰ ਤੈਨੂੰ ਇਹ ਕਦੇ ਨਹੀਂ ਮਿਲਦੇ। ਉਹ ਫਿਰ ਤੂੰ ਇਹਨਾਂ ਨੂੰ ਨਹੀਂ ਲੈ ਸਕਦੀ। ਇਹ ਧਰਤੀ ਦੇ ਪੁੱਤਰੋ, ਮਾਵਾਂ ਦੇ ਜਾਇਓ, ਇੱਕ ਮਾਂ ਪੁਕਾਰੇ, ਮਾਂ ਜਿਹਦਾ ਜਿਗਰਾ ਧਰਤੀ ਡਿੱਗਾ, ਇਹ ਕਾਲ
ਹਰ ਹਾਲਤ ਵਿੱਚ ਸੌਦਾ ਕਰੋ, ਨਿੱਤ ਦਾ ਡੰਡਾ ਵਗਾਓ। ਜੇ ਆਤਮਾ ਆਪਣੀ, ਸਭ ਕੁਝ ਆਪਣਾ, ਧਰਤੀ ਆਪਣੀ, ਆਕਾਸ਼ ਆਪਣਾ। ਕੀ ਮੁੱਲ ਲੈਣਾ? ਓਏ ਕੀ ਮੁੱਲ ਲੈਣਾ ਹੈ, ਕੀ ਮੁੱਲ ਦੇਣਾ? ਸਾਰਾ ਸੋਨਾ, ਓਏ ਸਾਰਾ ਪੈਸਾ। ਪੈਸੇ ਨਾਲ ਨਾ ਇਹ ਹੈ ਵਿਕਦੀ, ਸੋਨੇ ਨਾਲ ਨਾ ਇਹ ਹੈ ਤੁਰਦੀ। ਉਹ ਫੇਰ ਕੀ ਲੈਣਾ ਹੈ? ਉਹ ਫੇਰ ਕੀ ਮੁੱਲ ਲੈਣਾ ਹੈ? ਮਾਂ ਨੂੰ ਬੱਚਿਆਂ ਨਾਲ ਮਿਲਾਓ, ਜਕਣੀਆਂ ਰੂਹਾਂ ਛੱਡੋ ਛਡਾਓ, ਸੋਨੇ ਵਿਛਿਆ ਜਾਲ ਹਟਾਓ, ਧਰਤੀ ਫੇਰ ਨਾ ਮੂੰਹ ਵਿਖਾਓ। ਓਏ ਤਾਂ ਕੋਈ ਮੂਰਖ ਹੈ, ਆਪਣੇ ਲਈ ਕੁਝ ਮੰਗਦੇ ਹੀ ਨਹੀਂ। ਓਏ ਤਾਂ ਪਾਗਲ ਹੈ,
ਜਿਹੜਾ ਆਪਣੇ ਲਈ ਕੁਝ ਵੀ ਨਹੀਂ ਮੰਗਦਾ। ਈਸਾ ਨੂੰ ਵੀ ਲੋਕ ਪਾਗਲ ਆਖਣ, ਈਸਾ ਨੂੰ ਵੀ ਲੋਕ ਵੱਟੇ ਮਾਰਨ, ਪਗਲੀਆਂ ਦਾ ਕੰਮ ਜ਼ਹਿਰ ਪਿਆਲੇ ਪੀਣਾ, ਪਗਲੀਆਂ ਦਾ ਕੰਮ ਤੱਤੀਆਂ ਤਵੀਆਂ ਤੇ ਬਹਿ ਜਾਣਾ, ਪਗਲੀਆਂ ਦਾ ਕੰਮ ਰੱਸੇ ਫਾਂਸੀ ਦੇ ਚੁੱਭ ਜਾਣਾ। ਪਗਲੇ ਆਖਣ ਅਸੀਂ ਹਾਂ ਮਰਦੇ, ਸੱਚ ਨੇ ਅਮਰ ਰਹਿ ਜਾਣਾ, ਸੱਚ ਨੇ ਅਮਰ ਰਹਿ ਜਾਣਾ। ਕਿਉਂ ਹੈ ਸੌਦਾ ਮਨਜ਼ੂਰ? ਹਾਂ ਹੈ ਸੌਦਾ ਸਾਨੂੰ ਮਨਜ਼ੂਰ। ਇੱਕ ਹੱਥ ਦਿਓ ਇੱਕ ਹੱਥ ਦਿਓ। ਓ ਚਮਚੋ ਲਿਆਓ, ਮਾਂ ਨੂੰ ਬੱਚਿਆਂ ਨਾਲ ਬੁਲਾਓ। ਜਕੜੀਆਂ ਰੂਹਾਂ ਛੱਡੋ ਛਡਾਓ, ਸੋਨੇ ਵਿਛਿਆ ਜਾਲ ਹਟਾਓ। ਸਭ ਮਨਜ਼ੂਰ ਸਭ ਮਨਜ਼ੂਰ।
ਇਹ ਸਿਨਾਟ ਆਤਮਾ ਵਿਕਾਊ ਹੈ। ਪੇਸ਼ਕਾਰੀ ਸੀ ਪਟਿਆਲਾ ਸਕੂਲ ਫੋਰ ਦੈਟ ਬਲਾਈਂਡ ਦੇ ਬੱਚਿਆਂ ਦੀ। ਇਹ ਸਾਰਾ ਕੁਝ ਕਿਵੇਂ ਸੰਭਵ ਹੋਇਆ? ਇਹ ਨਾਟਕ ਦਾ ਨਿਰਦੇਸ਼ਨ ਕਿਸਨੇ ਕੀਤਾ? ਨਿਰਮਾਤਾ ਕੌਣ ਹੈ? ਸੰਚਾਲਨ ਕਿਸਨੇ ਕੀਤਾ? ਸਟੇਜ ਦੇ ਉੱਤੇ ਸਾਰਾ ਕੁਝ ਕੰਮ ਕਿਸਨੇ ਨਿਭਾਇਆ? ਉਹ ਹੁਣ ਡਾਇਰੈਕਟ ਤੁਹਾਡੇ ਨਾਲ ਮੁਖਾਤਬ ਹੋਣਗੇ। ਸ਼੍ਰੀ ਜਗਜੀਤ ਸਰੀਨ ਜੀ।